ਮੰਮੀ ਨਾਲ ਉਹਨਾਂ ਨੇ ਜੋ ਕੀਤੀ ਉਹਨਾਂ ਨਾਲ ਉਹੀ ਹੋਣੀ ਸੀ। ਕਈ ਵੀਡੀਓ ਪਾਉਂਦੇ ਸੀ ਗੰਦੀਆਂ ਮੰਦੀਆਂ ਇੰਸਟਾ 'ਤੇ, ਡੈਡੀ ਰੋਕਦੇ ਸੀ, ਬਹੁਤ ਸਮਝਾਉਂਦੇ ਸੀ, ਅਸੀਂ ਬਹੁਤ ਸਮਝਾਉਂਦੇ ਸੀ, ਇਹ ਨਹੀਂ ਸਮਝਦੇ ਸੀ। ਸ਼ੱਕ ਨਹੀਂ, ਪੂਰਾ ਯਕੀਨ ਨਹੀਂ ਸੀਗਾ। ਇਹਨਾਂ ਨੇ ਅੱਜ ਦਾ ਦਿਨ ਕੋਰਟ ਮੈਰਿਜ ਕਰਵਾਉਣੀ ਸੀ ਜਿਹੜੇ ਮੁੰਡੇ ਨਾਲ ਇਹ ਗੱਲ ਕਰਦੇ। ਪਤਨੀ ਦੇ ਕਾਰਨਾਮਿਆਂ ਤੋਂ ਦੁਖੀ ਹੋ ਕੇ ਪਤੀ ਨੇ ਉਸਦਾ ਕਤਲ ਕਰ ਦਿੱਤਾ। ਇੱਕ ਤਾਂ ਉਹ ਰੀਲਾਂ ਅਜਿਹੀਆਂ ਬਣਾਉਂਦੀ ਸੀ ਜਿਸ ਨੂੰ ਦੇਖ ਕੇ ਪਤੀ ਪਰੇਸ਼ਾਨ ਹੋਇਆ, ਦੂਜਾ ਇਹ ਕਿ ਉਸਦੇ ਕਿਸੇ ਹੋਰ ਮੁੰਡੇ ਦੇ ਨਾਲ ਨਾਜਾਇਜ਼ ਸੰਬੰਧ ਸਨ। ਦੱਸਿਆ ਜਾ ਰਿਹਾ ਕਿ ਪਤੀ ਨੇ ਆਪਣੀ ਪਤਨੀ ਨੂੰ ਉਸਦੇ ਨਾਲ ਰੰਗੇ ਹੱਥੀਂ ਫੜ ਲਿਆ ਸੀ, ਉਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਨੀ ਅੱਗੇ ਆ ਗਈ ਤਾਂ ਤੇਜ਼ਤਰ ਹਥਿਆਰਾਂ ਦੇ ਨਾਲ ਉਸਦਾ ਕਤਲ ਕੀਤਾ ਗਿਆ। ਮੋਗਾ ਦੇ ਪਿੰਡ ਬਹੋਣਾ ਦਾ ਇਹ ਮਾਮਲਾ ਜਿੱਥੇ ਇੱਕ ਪਤੀ ਦੇ ਵੱਲੋਂ ਆਪਣੀ ਹੀ ਪਤਨੀ ਦਾ ਕਤਲ ਕੀਤਾ ਗਿਆ ਤੇਜ਼ਤਰ ਹਥਿਆਰਾਂ ਦੇ ਨਾਲ ਨਾਜਾਇਜ਼ ਸੰਬੰਧਾਂ ਦੇ ਚੱਲਦੇ। ਦੂਜੇ ਪਾਸੇ ਦੋ ਬੱਚੇ, ਮੁੰਡਾ ਅਤੇ ਕੁੜੀ, ਉਹ ਵੀ ਆਪਣੇ ਪਿਤਾ ਦੇ ਹੱਕ ਵਿੱਚ ਨਿਤਰੇ ਨੇ। ਉਹਨਾਂ ਨੇ ਕਿਹਾ ਕਿ ਸਾਡੀ ਮਾਂ ਅਜਿਹੀ ਸੀ, ਉਸਦੇ ਮੁੰਡੇ ਦੇ ਨਾਲ ਨਾਜਾਇਜ਼ ਸੰਬੰਧ ਸਨ ਔਰ ਜਿਸ ਦਿਨ ਇਹ ਕਤਲ ਹੋਇਆ ਉਸ ਦਿਨ ਉਹਨਾਂ ਦੀ ਮਾਂ ਨੇ ਆਪਣੇ ਆਸ਼ਕ ਨੂੰ ਘਰ ਬੁਲਾਇਆ ਹੋਇਆ ਸੀ। ਪਿੰਡ ਵਾਸੀਆਂ ਨੇ ਜ਼ਖਮੀ ਔਰਤ ਨੂੰ ਇਲਾਜ ਦੇ ਲਈ ਮੋਗਾ ਦੇ ਸਿਵਲ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਪੁਲਿਸ ਨੇ ਮ੍ਰਿਤਕ ਔਰਤ ਦੇ ਪਤੀ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਮੰਮੀ ਨਾਲ ਉਹਨਾਂ ਨੇ ਜੋ ਕੀਤੀ ਉਹਨਾਂ ਨਾਲ ਉਹੀ ਹੋਣੀ ਸੀ, ਉਹ ਗਲਤ ਸੀਗੇ। ਡੈਡੀ ਬਹੁਤ ਸਮਝਾਉਂਦੇ ਸੀਗੇ, ਸਮਝਦੇ ਨਹੀਂ ਸੀ। ਇੱਕ ਵੀਡੀਓ ਪਾਉਂਦੇ ਸੀ ਗੰਦੀਆਂ ਮੰਦੀਆਂ ਇੰਸਟਾ 'ਤੇ, ਡੈਡੀ ਰੋਕਦੇ ਸੀ, ਬਹੁਤ ਸਮਝਾਉਂਦੇ ਸੀ, ਅਸੀਂ ਬਹੁਤ ਸਮਝਾਉਂਦੇ ਸੀ, ਇਹ ਨਹੀਂ ਸਮਝਦੇ ਸੀਗੇ। ਇਹਨਾਂ ਦਾ ਡਿਵੋਰਸ ਹੋਇਆ ਸੀਗਾ, ਡਿਵੋਰਸ ਹੋਇਆ ਅਤੇ ਇਹਨਾਂ ਨੂੰ ਕਿਹਾ ਵੀ ਉਹਨਾਂ ਨੇ ਵੀ ਤੂੰ ਘਰੇ ਨਹੀਂ ਜਾਣਾ, ਇਹ ਘਰੇ ਚੱਲ ਗਏ। ਡੈਡੀ ਨੇ ਪੁਲਿਸ ਵਾਲਿਆਂ ਨੂੰ ਫੋਨ ਲਾਇਆ ਜਿੱਥੇ ਤਲਾਕ ਹੋਇਆ ਸੀਗਾ ਵੀ ਘਰੇ ਆ ਗਏ ਇਹਨੂੰ ਕਿ ਚੱਲ ਜਾ, ਅਤੇ ਇਹ ਕਹਿੰਦੇ ਵੀ ਹਾਂ ਚੱਲ ਜਾਂਗੇ ਚੱਲ ਜਾਂਗੇ। ਇਹ ਬੱਚ ਕਹਿੰਦੀ ਮੈਂ ਨਹੀਂ ਜਾਣਾ ਘਰੋਂ ਬਾਹਰ, ਅਤੇ ਡੈਡੀ ਨੂੰ ਮੈਂ ਆਪਦੇ ਕੋਲ ਲੈ ਗਈ ਸੀਗੀ। ਸੁਬਾਹ 4 ਵਜੇ ਦੀ ਗੱਲ ਹੈ, ਡੈਡੀ ਗਏ ਘਰੇ ਅਤੇ ਤੂੰ ਮੁੜ ਕੇ 8 ਵਜੇ ਮੈਨੂੰ ਫੋਨ ਆਇਆ ਵੀ ਮੰਮੀ ਦੀ ਸੱਟ ਲੱਗ ਗਈ ਤੁਹਾਡੀ ਦੇ, ਵੀ ਤੁਸੀਂ ਆ ਗਏ। ਕੀ ਮਾਰਿਆ, ਕੀ ਸੀਗਾ? ਡੈਡੀ ਨੇ ਮਾਰਿਆ, ਡੈਡੀ ਨੇ ਮਾਰਿਆ। ਕੀ ਮਾਰਿਆ, ਕੀ ਕੱਪ? ਕਿੰਨੇ ਵਾਰ ਕੀਤੇ? ਇੰਨਾ ਨਹੀਂ ਪਤਾ ਸਰ, 6-7 ਵਾਰ। ਘਰੇ ਕੌਣ ਸੀਗਾ? ਘਰੇ ਕੋਈ ਨਹੀਂ ਸੀਗਾ, ਅਸੀਂ ਵੀ ਨਹੀਂ ਸੀ ਘਰੇ, ਕੋਈ ਨਹੀਂ ਸੀਗਾ। ਤੁਸੀਂ ਜਦੋਂ ਤੁਹਾਨੂੰ ਫੋਨ ਆਇਆ ਤੁਸੀਂ ਕਿੱਥੇ? ਜਦੋਂ ਅਸੀਂ, ਮੈਂ ਆਪਦੇ ਪਿੰਡ ਸੀਗੀ। ਅਤੇ ਉਸ ਤੋਂ ਬਾਅਦ ਕੀ ਹੋਇਆ ਸੀ? ਇਸੇ ਕਰਕੇ ਮਾਰਿਆ, ਸ਼ੱਕ ਕਰਦੇ ਸੀ ਉਹਨੇ? ਸ਼ੱਕ ਨਹੀਂ, ਪੂਰਾ ਯਕੀਨ ਨਹੀਂ ਸੀਗਾ। ਇਹਨਾਂ ਨੇ ਅੱਜ ਦੇ ਦਿਨ ਕੋਰਟ ਮੈਰਿਜ ਕਰਵਾਉਣੀ ਸੀ ਜਿਹੜੇ ਮੁੰਡੇ ਨਾਲ ਇਹ ਗੱਲ ਕਰਦੇ ਸਰ। ਮੰਮਾ ਦਾ ਨਾ ਮਤਲਬ ਕਿ ਸ਼ੱਕ ਸੀਗਾ ਮੰਮਾ 'ਤੇ, ਅਤੇ ਇਸ ਕਰਕੇ ਪਾਪਾ ਦਾ ਸ਼ੱਕ ਸਹੀ ਸੀ ਨਿਕਲਿਆ। ਉਹਨਾਂ ਦੇ ਨਾਲ ਜਿਹੜੇ ਅੱਜ ਮੁੰਡੇ ਨਾਲ ਵਿਆਹ ਕਰਾਉਣਾ ਸੀਗਾ, ਅੱਜ ਕੋਰਟ ਮੈਰਿਜ ਕਰਵਾਉਣੀ ਸੀਗੀ, ਅਤੇ ਉਹ ਅੱਜ ਦੇ ਦਿਨ ਹੀ ਹੋ ਗਿਆ ਜਿਹੜਾ ਕੋਈ ਹੋਣਾ ਸੀਗਾ। ਮਤਲਬ ਕਿ ਪਾਪਾ ਨੇ ਨਾ ਆਏ ਅਤੇ ਘਰ ਦੇਖਿਆ ਸੁਬਾਹ 4 ਵਜੇ, ਅਤੇ ਸਾਰਾ ਕੁਛ ਸੱਚ ਨਿਕਲਿਆ ਸਰ। ਘਰੇ ਡੈਡੀ, ਡੈਡੀ ਦੇ ਆਉਣ ਤੋਂ ਪਹਿਲਾਂ ਕੋਈ ਸੀਗਾ ਘਰੇ? ਕੀ ਹੋਇਆ, ਕੀ ਹੋਇਆ ਸਰ? ਉਹਨਾਂ ਨੇ ਨਾ ਮਾਰਨਾ ਤਾਂ ਉਹਨਾਂ ਦੇ ਸੀਗਾ, ਅਤੇ ਮੰਮਾ ਮੂਹਰੇ ਭੱਜ ਕੇ ਹੋ ਗਏ, ਅਤੇ ਉਹਨਾਂ ਨੇ ਸੱਟ ਉਹਨਾਂ ਦੇ ਮਾਰਨੀ ਸੀਗੀ, ਅਤੇ ਮੰਮਾ ਜਦੋਂ ਮੂਹਰੇ ਭੱਜ ਕੇ ਹੋ ਗਏ ਅਤੇ ਉਹ ਇੱਕੇ ਦਮ ਮਾਰਨ ਲੱਗ ਗਏ। ਉਹਨਾਂ ਨੇ ਦੇਖਿਆ ਨਹੀਂ ਗਾ ਵੀ ਕੌਣ ਮੂਹਰੇ ਆ ਕੌਣ ਨਹੀਂ ਗਾ। ਬੰਦਾ ਸੀਗਾ ਸਰ, ਨਿਕ ਹੈ ਉਹਦਾ ਕਾਕਾ। ਕਦੇ ਨਾ ਵਾਰ, ਕਦੇ ਨਾ ਕਿਤੇ ਕਰੀ ਕਾਪੇ ਨਾ ਸਰ। ਕਿੰਨੇ ਕੁ ਵਾਰ ਕੀਤੇ? ਮਤਲਬ ਸਰ 6-7 ਵਾਰ ਹੋਇਆ, ਮਤਲਬ ਕਿ ਬਾਂਹ ਦੀਆਂ ਹੱਡੀਆਂ ਉੱਡੀਆਂ ਵੀ ਤੋੜਤੀਆਂ, ਸਾਰਾ ਕੁਝ, ਮਤਲਬ ਕਿ ਸਿਰ ਸੁਰ ਪਾੜਤਾ, ਸਾਰਾ ਕੁਝ ਕਰਤਾ, ਅੱਖ ਵੀ ਫਾੜਤੀ। ਹਾਂਜੀ ਸਰ, ਤਲਾਕ ਪਹਿਲਾਂ ਹੋਇਆ ਸੀ ਇਹਨਾਂ ਦਾ ਵੀ, ਤਲਾਕ ਤੋਂ ਇਹਨਾਂ ਨੂੰ, ਹਾਂਜੀ ਪੰਚਾਇਤੀ ਨਹੀਂ ਸਰ, ਕੋਰਟ 'ਚ ਹੋਇਆ ਸੀਗਾ। ਕੋਰਟ 'ਚ ਵੀ ਨਹੀਂ ਹੋਇਆ, ਥਾਣੇ ਹੋਇਆ ਸੀ, ਮੈਨੇ ਥਾਣੇ ਸਰ। ਅੱਛਾ,
ਅਤੇ ਉੱਥੇ ਜਾ ਕੇ ਉਹਨਾਂ ਨੂੰ ਕਿਹਾ ਵੀ ਸੀਗਾ, ਕੋਰਟ 'ਚ ਵੀ ਗਏ ਸੀਗੇ ਇੱਕ ਦੋ ਵਾਰੀ, ਬਟ ਮੈਨੂੰ ਇੰਨਾ ਪਤਾ ਸੀਗਾ ਵੀ ਮੈਂ ਤਾਂ ਲੁਧਿਆਣੇ ਸੀ ਸਰ ਕੰਮ 'ਤੇ, ਮੈਨੂੰ ਤਾਂ ਪਤਾ ਨਹੀਂ ਰਹਿੰਦੇ ਸੀ ਹੁਣ। ਹਾਂਜੀ ਨਾਲ ਹੀ ਰਹਿੰਦੇ ਸੀਗੇ, ਇਕੱਠੇ ਹੀ ਰਹਿੰਦੇ ਸੀ ਦੋਨੇ। ਅੱਛਾ। ਅਤੇ ਮੈਂ ਤਾਂ ਕੰਮ 'ਤੇ ਹੁੰਦਾ ਸੀਗਾ, ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਆਹ ਗੱਲਬਾਤ ਹੋਣੀ ਹੈ। ਮੈਂ ਤਾਂ ਕੱਲ੍ਹ ਆਇਆ ਸੀ ਸਰ ਕੰਮ ਤੋਂ, ਅਤੇ ਮੈਨੂੰ ਫੋਨ ਆਇਆ ਜਦੋਂ, ਅਤੇ ਮੈਂ ਉਦੋਂ ਜਾ ਕੇ ਫਰੀਦਕੋਟ ਵੱਜਿਆ, ਅਤੇ ਫਰੀਦਕੋਟ ਜਾ ਕੇ ਆਹ ਗੱਲ ਦੇਖੀ ਵੀ। ਹਾਂਜੀ ਮੌਤ ਹੋ ਗਈ ਸਰ। ਕੀ ਕਹਿਣਾ ਚਾਹੋਗੇ ਸਰ? ਕਹਿਣਾ ਤਾਂ ਕੀ ਸਰ, ਮੈਂ ਕਹਿਣਾ ਤਾਂ ਕੁਝ ਨਹੀਂ ਹੈ। ਜੇ ਕੁਝ ਵੀ ਹੁਣ ਜੇ ਹੁੰਦਾ ਹੁਣ ਤਾਂ ਚੱਲ ਮੰਮੀ ਨਹੀਂ ਰਹੇ, ਡੈਡੀ ਆ, ਡੈਡੀ ਨੂੰ ਕਿਵੇਂ ਨਾ ਕਿਵੇਂ ਕਰਕੇ ਬਸ ਡੈਡੀ ਨੂੰ ਬਚਾਉਣਾ, ਡੈਡੀ ਨੂੰ ਜੇਲ੍ਹ ਨਹੀਂ ਜਾਣ ਦੇਣਾ। ਸਰਬਜੀਤ ਕੌਰ ਨਾਂ ਲੇਡੀ ਦਾ ਨਾਂ ਆ ਜੀ, ਬੋਨਾ ਪਿੰਡ ਦੀ ਰਹਿਣ ਵਾਲੀ ਆ। ਹਰਮੇਸ਼ ਸਿੰਘ ਉਸਦਾ ਪਤੀ ਸੀਗਾ, ਉਹ ਉਸਦੇ ਕਰੈਕਟਰ ਦੇ ਉੱਪਰ ਸ਼ੱਕ ਕਰਦਾ ਸੀਗਾ। ਉਹਨੇ ਘਰ ਦੇ ਵਿੱਚ ਪਏ ਕਾਪੇ ਦੇ ਨਾਲ ਉਸਦੇ ਫੇਸ ਦੇ ਤਾਂ ਸਿਰ ਦੇ ਉੱਪਰ ਕਾਫੀ ਗੰਭੀਰ ਵਾਰ ਕੀਤੇ। ਕੱਲ੍ਹ ਉਹਨੂੰ ਇਮੀਜੀਏਟਲੀ ਹਾਲਾਤਾਂ ਨੂੰ ਦੇਖਦੇ ਹੋਏ ਉਹਨੂੰ ਹੋਸਪਿਟਲ ਐਡਮਿਟ ਕਰਾਇਆ ਗਿਆ ਸੀਗਾ। ਉਸ ਤੋਂ ਬਾਅਦ ਵਿੱਚ ਉਹਨੂੰ ਰੈਫਰ ਕਰ ਦਿੱਤਾ ਗਿਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ। ਅੱਜ ਹੁਣੇ ਹੀ ਸਾਨੂੰ ਖਬਰ ਪਤਾ ਲੱਗੀ ਆ ਕਿ ਉਹਦੀ ਦੌਰਾਨੇ ਇਲਾਜ ਮੌਤ ਹੋ ਗਈ। ਅੱਜ ਵਾਧਾ ਜੁਰਮ ਕਰ ਦਿੱਤਾ ਹੋਊਗਾ 302 ਦਾ। ਇਹ ਮੁਕੱਦਮਾ ਦਰਜ ਹੋਇਆ ਪੀ ਐੱਸ ਮਹਿਣਾ ਦੇ ਵਿੱਚ ਜੀ। ਉਹਦੇ ਗਵਾਂਢੀ ਲਖਵੀਰ ਸਿੰਘ ਦੀ ਸਟੇਟਮੈਂਟ ਦੇ ਉੱਪਰ ਕੇਸ ਰਜਿਸਟਰ ਕੀਤਾ ਗਿਆ। ਅਤੇ ਹੋਰ ਵੀ ਸੀਗਾ ਘਰ ਦੇ ਵਿੱਚ ਕੋਈ? ਨਹੀਂ, ਹੋਰ ਕੋਈ ਨਹੀਂ ਸੀ ਘਰ ਦੇ ਵਿੱਚ, ਇਕੱਲੇ ਸੀ ਦੋਵੇਂ ਜਾਣੇ। ਕਾਰਨ ਕੀ ਰਿਹਾ ਜੀ? ਉਹ ਆਪਣੀ ਵਾਈਫ ਦੇ ਉੱਪਰ ਉਹਦੇ ਕਰੈਕਟਰ ਨੂੰ ਲੈ ਕੇ ਕਾਫੀ ਸ਼ੱਕ ਕਰਦਾ ਸੀ। ਫੜਿਆ ਗਿਆ ਜੀ ਬੰਦਾ? ਬੰਦਾ ਅਰੈਸਟ ਆ ਜੀ।